ਜੀ ਆਪਣੇ ਦੋ ਮਹੀਨੇ ਤੁਸੀਂ ਵੀ ਮਾਂ ਦੇ ਮੱਖਣੀ ਖੜੇ ਹੋ ਹਜੇ ਉਹੀ ਖਬਰਾਂ ਪੜ੍ਹੀਆਂ ਵੀ ਅੱਜ 4 ਕੁਇੰਟਲ ਪਿੰਨੀਆਂ ਆ ਗਈਆਂ ਹੈ ਅੱਜ ਉੱਥੋਂ 6 ਕੁਇੰਟਲ ਖੋਆ ਆ ਗਿਆ ਲਿਆਓਗਾ ਕਿੱਥੇ ਜੇ ਖੋਆ ਹੈ ਆ ਬਾਪੂ ਇੱਕ ਮਿੰਟ ਫੜੀ ਮਿੱਟੀ ਮੇਰੀ ਰੱਖੀ ਪੈਰਾਂ ਆ ਦਿਓ ਜੀ ਮੜਾ ਕੱਢੋ ਥੱਲੇ ਬਹਿ ਜਾਓ ਕੋਈ 2 ਮਿੰਟ ਬਾਈ ਸਾਰੇ ਬਹਿ ਜਾਓ 5 ਮਿੰਟ ਲਾਉਂਗਾ ਇਹਨਾਂ ਨਾਲ ਆ ਬਹਿ ਜਾਓ ਸੱਜਣੋ ਤੁਸੀਂ ਵੀ ਬਹਿ ਜਾਓ ਸੱਜਣੋ ਬਹਿ ਜਾਓ ਮੇਰੇ ਭਰਾ ਬਹਿ ਜਾਓ ਸਤਿਕਾਰਯੋਗ ਸੱਜਣੋ ਬਹਿ ਜਾਓ ਮੇਰੀ ਬੇਨਤੀ ਆ ਤੁਹਾਨੂੰ ਆ ਤੁਸੀਂ ਬਹਿ ਜਾਓ ਅਗਲਿਓ ਉਹ ਪਿੱਛੇ ਭਰਾ ਖੜੇ ਆ ਜਿਹੜੇ ਤੁਸੀਂ ਬੈਠੋ ਆ ਮੂਹਰਲੇ ਮੁੰਡੇ ਸਾਰੇ ਬੈਠੋ ਭਾਈ ਬੋਲੀ ਬਾਪੂ ਬੈਠਾ ਰਹਿ ਬੈਠਾ ਰਹਿ ਸੋਹਣਾ ਲੱਗੀ ਜਾਂਦਾ ਬੈਠਾ ਬੈਠਾ ਰਹਿ ਬਾਪੂ ਬਹਿ ਜਾਓ ਬਾਬੇ ਬਹਿ ਜਾਓ ਤੁਸੀਂ ਵੀ ਮੁੰਡੇ ਹੋ ਤੁਸੀਂ ਵੀ ਮੁੰਡੇ ਜਾ ਪਾਸੇ ਜਾਓ ਉਹ ਮੁੰਡੇ ਦੇਖਣਾ ਚਾਹੁੰਦੇ ਆ ਬਹਿ ਜਾਓ ਬਾਬੇ ਬਹਿ ਜਾਓ ਮੇਰੇ ਭਰਾ ਪਿੱਛੇ ਜਿਹੜੀ ਦੌਗੀ ਖੜੀ ਆ ਬਹਿ ਜਾਓ ਮੇਰੇ ਭਰਾ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਅਸੀਂ ਵੀ 2 ਮਹੀਨੇ ਆ ਜਿਹੜੇ ਮੇਰੇ ਵਰਗੇ ਨਵੇਂ ਜਿਹੇ ਆਏ ਸੀ ਉਥੋਂ ਭਾਵੇਂ ਮਾੜਾ ਮੋਟਾ ਭੈ ਜਾ ਲੈ ਕੇ ਆਏ ਹੁਣ ਇੱਥੇ ਆ ਕੇ ਇਹਨਾਂ ਨੂੰ ਐਂ ਲੱਗਣ ਲੱਗ ਗਿਆ ਸੀ ਵੀ ਇਹ ਤਾਂ ਮੌਜਾਂ ਹੀ ਬੜੀਆਂ ਵੀ ਅਸੀਂ ਜਿਹੜੇ ਪੁਰਾਣੇ ਹਿਸਟਰੀ 'ਚ ਅੰਦੋਲਨ ਪੜ੍ਹੇ ਸੀ ਵੀ ਆਏ ਹੋ ਗਿਆ ਸ਼ਹੀਦੀਆਂ ਪੈ ਗਈਆਂ ਗੋਲੀਆਂ ਚੱਲ ਗਈਆਂ ਜਾਨਾਂ ਤਲੀ 'ਤੇ ਰੱਖ ਲਈਆਂ ਜੰਗਾਂ ਲੱਗ ਗਈਆਂ ਵੀ ਐਤਕੀ ਤਾਂ ਕੁਛ ਹੈ ਹੀ ਨਹੀਂ ਵੀ ਇਹ ਤਾਂ ਟੈਕਨੋਲੋਜੀ ਦਾ ਜ਼ਮਾਨਾ ਹੈ ਫੋਨਾਂ 'ਤੇ ਹੀ ਸਾਰਾ ਕੁਛ ਹੋਈ ਜਾਂਦਾ ਹੈ 2 ਮਹੀਨੇ ਅਸੀਂ ਵੀ ਇਹੀ ਕੁਛ ਦੇਖੀ ਗਏ ਪਿੰਨੀਆਂ ਆ ਗਈਆਂ ਗਜਰੇਲਾ ਆ ਗਿਆ ਕੱਪੜੇ ਧੋਣ ਦੀ ਸਮੱਸਿਆ ਸੀ ਵਾਸ਼ਿੰਗ ਮਸ਼ੀਨਾਂ ਆ ਗਈਆਂ ਵਿੱਚ ਸਕਾਉਂਦੀਆਂ ਵੀ ਹੈ ਟੈਂਟ ਲੱਗ ਗਏ ਸ਼ੈੱਡ ਪੈ ਗਏ ਸਾਊਂਡਾਂ ਆ ਗਈਆਂ ਕਲਾਕਾਰ ਆਉਣ ਲੱਗ ਗਏ ਖਾੜੇ ਲੱਗ ਗਏ ਆਹੀ ਕੁਛ ਦੇਖਿਆ ਸੀ ਨਾ ਪਰ ਯਾਦ ਰੱਖਿਓ ਉਹ ਪਹਿਲਾ ਪੜਾਅ ਸੀ ਬਾਬਾ ਇਉਂ ਦੱਸਦਾ ਕਹਿੰਦਾ ਪੜਾਅ 3 ਨੇ ਇਹਦੇ ਉਹ ਪਹਿਲਾ ਸੀ ਤੇ 26 ਤੋਂ ਇਹ ਪੜਾਅ ਦੂਜਾ ਚੱਲ ਪਿਆ ਇਸ ਕਰਕੇ ਜਦੋਂ ਪੜਾਅ ਬਦਲਦੇ ਆ ਨਾ ਤਾਂ ਆਪਦੀ ਤਬੀਅਤ ਬਦਲੋ ਇਰਾਦੇ ਬਦਲੋ ਨੀਤ ਨਾ ਬਦਲੋ ਫੋਕਸ ਸਾਡਾ ਉੱਥੇ ਹੀ ਹੈ 26 ਤਰੀਕ ਨੂੰ ਜੋ ਵੀ ਵਾਪਰਿਆ ਬਹੁਤ ਕੁਛ ਚੰਗਾ ਵਾਪਰਿਆ ਬਹੁਤ ਕੁਛ ਐਸਾ ਵਾਪਰਿਆ ਜਿਹੜਾ ਸਾਨੂੰ ਮਨਜ਼ੂਰ ਨਹੀਂ ਹੈ ਪਰ ਉਦੋਂ ਗਾਹ ਹੋ ਕੇ ਪਲੰਘ ਪੁੱਟ ਕੇ ਦੇਖ ਮਹਾਰਾਜ ਕਹਿੰਦਾ ਮੈਂ ਉਹੀ ਕੀਤਾ ਜੋ ਮੈਂ ਕਰਨਾ ਸੀ ਮੈਂ ਉਹੀ ਕੀਤਾ ਜੋ ਮੈਂ ਕਰਨਾ ਸੀ ਮੈਂ ਕਿਹਾ ਮੈਂ ਕਿਹਾ ਮੈਨੂੰ ਮਨਜ਼ੂਰ ਨਹੀਂ ਇਹ 'ਚੋਂ ਕੁਛ ਗੱਲਾਂ ਬਾਪੂ ਉਹ ਕਹਿੰਦਾ ਤੇਰੀ ਨੀਤ ਨੂੰ ਭਾਗ ਲੱਗੇ ਆ ਜਿੱਦਾਂ ਦੀ ਤੇਰੀ ਨੀਤ ਸੀ ਮੈਂ ਉੱਦਾਂ ਦਾ ਹੀ ਦਿੱਤਾ ਤੈਨੂੰ ਮੈਂ ਹਿਸਾਬ ਨਹੀਂ ਰੱਖਦਾ ਕਹਿੰਦਾ ਕਹਿੰਦਾ ਪੁੱਤ ਹੋ ਮੇਰੇ ਤੁਸੀਂ ਮਿੱਟੀ ਦੇ ਪੁੱਤ ਵੱਜਦੇ ਹੋ ਤੁਸੀਂ ਉਹਨਾਂ ਪੰਜਾਂ 'ਚੋਂ ਇੱਕ ਤੱਤ ਲਈ ਲੜਨਾ ਆ ਅਸੀਂ ਜਿਨ੍ਹਾਂ 'ਚੋਂ ਇੱਕ ਤੱਤ ਆ ਬਣਿਆ ਵਿਆ 50-55 ਕਿਲੋ ਦਾ ਉਸੇ ਤੱਤ ਦੇ ਤੁਸੀਂ ਬਣੇ ਹੋ ਉਸੇ ਲਈ ਲੜਨ ਵਾਸਤੇ ਆਏ ਹਾਂ ਆਪਾਂ ਸੋ ਇਸ ਕਰਕੇ ਭਾਵੁਕ ਹੋਣ ਦੀ ਅਗਰੈਸਿਵ ਹੋਣ ਦੀ ਲੋੜ ਨਹੀਂ ਹੈ ਇਹ ਆਉਣਗੀਆਂ ਇਹ ਸਾਡੀ ਪ੍ਰਾਪਤੀ ਹੈ ਕਿ 2 ਮਹੀਨਿਆਂ ਬਾਅਦ ਹੀ ਆ ਗਈਆਂ 2 ਮਹੀਨਿਆਂ ਬਾਅਦ ਹੀ ਸਰਕਾਰਾਂ ਨੂੰ ਵਕਤ ਪੈ ਗਿਆ ਇੰਨੇ ਪੀਸਫੁਲ ਯਾਰ ਇੰਨੇ ਸ਼ਾਂਤ ਲੋਕ ਇੰਨੇ ਸਬਰ ਵਾਲੇ ਲੋਕ ਇੰਨੇ ਸ਼ੁਕਰ ਵਾਲੇ ਲੋਕ ਕਿ ਪਰਵਾਹ ਹੀ ਨਹੀਂ ਕਰਦੇ ਯਾਰ ਜਿਹੜੇ ਡਾਂਗਾ ਮਾਰੀ ਜਾਂਦੇ ਉਹਨਾਂ ਨੂੰ ਲੰਗਰ ਛਕਾਈ ਜਾਂਦੇ ਆ ਇਸ ਕਰਕੇ ਪਹਿਲੇ ਪੜਾਅ 'ਚ ਅਸੀਂ ਜਿੱਤੇ ਹਾਂ ਫੋਕ ਕੇ ਤਾੜੀ ਮਾਰੋ ਪਹਿਲੇ ਪੜਾਅ ਦੀ ਹੁਣ ਦਾਖਲ ਹੋ ਗਏ ਆ ਦੂਜੇ ਪੜਾਅ 'ਚ ਇੱਥੇ ਆ ਕੇ ਮਾਂ ਦਿਓ ਮੱਖਣੀ ਖਾ ਲਿਓ ਜਿੰਨੇ ਤੁਹਾਨੂੰ ਗੀਤ ਆਇਆ ਨਾ ਜ਼ਿੰਦਾਬਾਦ ਨਹੀਂ ਜਵਾਨੀ ਹੈ ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਹਰਿਆਣਾ ਕਰਦਾ ਰਾਜਸਥਾਨ ਕਰਦਾ ਉਹਦਾ ਮੁੱਲ ਮੋੜੋ ਇੱਥੇ ਉਹਦਾ ਮੁੱਲ ਮੋੜੋ ਆਉਣ ਵਾਲੇ ਦਿਨਾਂ 'ਚ ਜਥੇਬੰਦੀਆਂ ਫਿਰ ਪ੍ਰੋਗਰਾਮ ਦੇਣਗੀਆਂ ਇਹ ਪਿਆਉ ਆ ਸਾਡੇ ਇਹ ਪੈਂਤੜੇ ਖੇਡਦੇ ਆ ਪੱਤਾ ਸਿੱਟਦੇ ਆ ਦਿਖਾ ਕੇ ਸਿੱਟਦੇ ਆ ਚੋਰੀਆਂ ਨਹੀਂ ਖੇਡਦੇ ਸਰਕਾਰ ਨੂੰ ਇਹ ਔਰ ਦਿਖਾ ਕੇ ਹੀ ਸਿੱਟਣਗੇ ਆਉਣ ਵਾਲੇ ਦਿਨਾਂ 'ਚ ਪੱਤਾ ਹੈ
इस करके आने वाले दिनों तक लामबंदियां ऐसिया बना लो, ऐसी सभा खड़ी कर लो एक नौजवानों की कि अगली बार जो असं इतों ट्रैक्टर ट्रालियां लैके निकलीए ना, एक ट्राली के पासे तीन वलंटियर हो, साढ़े बाजरगी अख हो, एजेंसियों वालों साढ़े च वर्दियों डर लगे कि भाई इन्होंने चोबर फिरते हैं। इदा दिया तैयारियां करो, आ कोई नहीं आ चरण फूडिया जड़िया फिर भी 25-50 इतने मेहनत आ रहा है ना, कोई गलत लाओ हाँ ये एडी कोई गल नहीं है, ये शिंगार होंगे मोर्चे का अथरू गैस कहते अथरू गोले है ना, ये हो गए आ डांगा डूंगा जी हो गई और माड़ा मोटा सट्टा फिर, यह शिंगार है मोर्चे का, चढ़ती कला की गल करो उत्थे रहो, जड़िया गल करके आप पंजाब हरियाणा तो तुरे से उत्थे रहो, इनू देख के हुण यह गल्लां मंजूर नहीं है कि साडियां मावां साडियां भैणां साडे बजुर्ग जिहड़े भावें बाहर बैठे जां पंजाब हरियाणा च बैठे उत्थे बैठ के सहमण, सानू कोई हक नहीं है डरन दा, चढ़दी कला च रहना है। आ पिछले 2 महीने मेरे नाल लड़दार भी करता रहा यार माड़ा मोटा जिहा, तू कदे तां आ जा कर घरे, ओह मैं कहा लड़दा ना हुण सरदा नहीं उत्थे, आ जदों मैं कल चलिया पिंड सी ओह मैं मोहाली सी एक दिन लई गया सी, कल मैं कल मैं आते कहना कहना यार हूँ जिदा का माहौल जहा बनया मैना है तो तू मेरा कला कला जा ही है, पर कहना यार अज तो बाद मैं तेन फोन नहीं करता जा यार, कहना जो होंगे ना उत्थे कर ला, वह मैं ना भी कहना मैं मननी फिर भी नहीं सी, वह मैं ना भी कहना मननी मैं फिर भी नहीं सी, मिट्टी का मसला है। आ हुण जदों कल पंजाबो चलिया आए लगता सी जिवें मां मैनू कहिंदी कि मेरे पुत बैठे उत्थे मैनू नाल लै जा, ताइयों लैके आया मां नू नाल लैके आया, इस करके मिट्टी का वास्ता है मिट्टी दे पुत्रो, रोज रोज नहीं लड़दियां लगदियां लड़ाइया, अणखां दे मसले है, साडियां इज्जतां दे मसले है, इतिहास के मसले है, पुछ के देखो तेरे आ चिट्टे दाने वाले प्रकाश बैठे इतने, ये कदे हार के घरे नहीं बने, इन्हों हारना आता ही नहीं, वेखो कि साडियां नलायकियां साडियां गलतियां सुनहरी अखर च लिखना, ठोक के कहने अज तो पहला स्टेजा ते आए उच्चिया आवाजा च नहीं बोले, बहुत नरमाई ना बोले है, पर जिदा का मिजाज बनता जाता मोर्चे का सख्ती ना पेश आवेंगे जो लोड़ पई सख्ती ना, पर उही उस तो पहली गल उही कुत्ते दी पूछ नू अग नहीं लाउणी, आ हजे जिदा का तुसी अपना बिहेव दे रहे हो एट प्रेजेंट जिहड़ा पिछले 3-4 दिनों का हजे इत्थे लोड़ नहीं है, हजे लोड़ नहीं है, आ जिहड़े इत्थे आउंदे सी आसे पासे दे पिंड वाले बन के फड़े गए ना सारे, वह सारे किहदे सी, वह सारे भगत जी सीगे जिन्हां दे मिर्चां लड़दियां, वह पत्रकारां ने पिंडां च जाके इंटरव्यू कर लिया, वह कल एक इंटरव्यू आ भी गई, वह ब्रदर ने रविश कुमार नूं भेजती NDTV वाले नूं, वह भरा साढ़े नाल खड़ा है, वह दिखाऊगा अज भी जिहड़े इत्थे आ के कहिंदे सी कि सानूं प्रॉब्लम है भाई इत्थे भी तुसीं उठो कौन सी हो, पिंड वाले नहीं है वह तो कहिंदे यार इत्थे तुहाडे नाल है, इस करके ठंडा साह लो सबर ना चलो एके ना चलो टैंपरामेंट ना लूज करो, हजे लोड़ नहीं है जो तुसी कर रहे हो, हजे कोई लोड़ नहीं है, साढ़े मुंडे भी चके जाएंगे, हो सकता मैं भी चकया जावा, साढ़े हो सकता गोलियां भी वजन, हो सकता मेरे भी वजे, पर खड़े हैं यार जदों लोड़ पऊगी गोलियां भी खावांगे, जदों लोड़ पऊगी सब कुछ करांगे, यार असीं कोई डरपोक प्यो दे पुत थोड़ी हैं यार, असीं गुरु गोबिंद सिंह दे हैं, ठोक के सुन ले सरकार ये गल नूं, असीं गुरु गोबिंद सिंह दे पुत हैं, पर रौला है कि समा जो मंगता है जिस वेले मंगता है वह देना साडा साडा फर्ज है, साडा कर्म है, वह साडा धर्म है, इस करके पहले ही एवं कुत्ते की पूछ नूं अग लगी हुंदी है, वह कम ना करो मुंडियो भाई, हजे बहुत टेक के चलो, जिहड़ियां जिहड़ियां साडे च कमियां ने 26 की परेड नूं लैके जो साडे च कमियां रहियां उन्हां नूं डिस्कस करो, बेशक साडे च कमियां रहियां सातों गलतियां होईयां उन्हां गलतियां नूं सुधारो, मुंडे अपनी एक सभा बनाओ इस बार्डर ते, कट करो आपदे गोष्ठियां करो बाबे नानक वालियां, जो लगता गया ख्याल साडा चंगा है
ਪਾਉਂਦਾ ਹੈ ਇਸ ਮੋਰਚੇ ਨੂੰ, ਆ ਕੇ ਜਥੇਬੰਦੀਆਂ ਨੂੰ ਮਿਲੋ, ਉਹਨਾਂ ਨਾਲ ਡਿਸਕਸ ਕਰੋ। ਸੋ ਇਹ ਵੇਲਾ ਹੁਣ ਇਦਾਂ ਦਾ ਹੀ ਹੈ। ਹਾਂਜੀ ਤਬਾ ਸਾਹਿਬ, ਬੇਨਤੀ ਆ ਮਿੱਤਰ ਪਿਆਰਿਓ, ਤੁਹਾਨੂੰ ਰੱਬ ਚੜ੍ਹਦੀ ਅਕਲਾਂ ਚ ਰੱਖੇ ਤੇ ਹੋਰ ਕੁਛ ਦੂਜਾ ਖਿਆਲ ਹੀ ਨਹੀਂ ਲਿਆਉਣਾ। ਤੇ ਬਾਕੀ ਜਿਵੇਂ ਪਹਿਲਾਂ ਨਿਹੰਗ ਸਿੰਘ ਜੀ ਬੋਲ ਕੇ ਗਏ ਬਾਬਾ ਜੀ, ਰੋਹਤਕ ਵਾਲੇ ਪਾਸੇ ਵੀ ਭੈਣਾਂ ਬੈਠੀਆਂ ਮੇਰੀਆਂ, ਇੱਧਰ ਕਰਨਾਲ ਵਾਲੇ ਬੈਠੀਆਂ, ਕਿਸੇ ਦਾ ਜਾਣ ਨੂੰ ਜੀ ਕਰਦਾ ਮੈਂ ਤੁਹਾਨੂੰ ਇੱਕ ਆਈਡੀਆ ਦੇ ਦੇਣਾ, ਚੂੜੀਆਂ ਉੱਥੋਂ ਪਵਾ ਲਿਓ ਤੇ ਜਾਂਦੇ ਜਾਂਦੇ ਅੰਬਾਲੇ ਤੱਕ ਲਾ ਦਿਓ, ਕਿਸੇ ਨੂੰ ਨਹੀਂ ਪਤਾ ਲੱਗਣਾ। ਮੈਂ ਟਿਕਰੀ ਵਾਲੇ ਪਾਸੇ ਬੋਲ ਕੇ ਆਇਆ, ਉੱਥੇ ਇੱਕ ਪੱਤਰਕਾਰ ਨੇ ਪੁੱਛਿਆ ਮੈਨੂੰ, ਕਹਿੰਦਾ ਜਿਹੜੀ ਚੂੜੀਆਂ ਵਾਲੀ ਗੱਲ ਬੋਲ ਕੇ ਆਏ ਹੋ, ਮੈਂ ਕਿਹਾ ਚੂੜੀਆਂ ਤਾਂ ਦੂਰ ਦੀ ਗੱਲ ਹੈ, ਮੈਂ ਕਿਹਾ ਪਿੰਡਾਂ 'ਚ ਗੁਰਦੁਆਰਿਆਂ 'ਚ ਹੋਕੇ ਦਵਾਉਣ ਲੱਗ ਗਏ ਸਾਡੇ ਵਾਲੇ, ਵੀ ਭਾਈ ਜੇ ਕਿਸੇ ਨੇ ਨਹੀਂ ਜਾਣਾ ਜੁਰਮਾਨਾ ਦੇ ਦਿਓ, ਭਰ ਦਿਓ ਜੁਰਮਾਨਾ। ਮੈਂ ਕਿਹਾ ਮੈਂ ਇੱਕ ਠੋਕ ਕੇ ਕਹਿੰਦਾ ਕਿਸੇ ਇੱਕ ਪਿੰਡ 'ਚੋਂ ਕੋਈ ਜੁਰਮਾਨਾ ਜੇ ਕਿਸੇ ਨੇ ਭਰਤਾ ਦੇਤਾ, ਮੈਂ ਕਿਹਾ ਮੈਨੂੰ ਮੈਨੂੰ ਦੱਸਦੀ, ਮੈਂ ਕਿਹਾ ਇੱਥੇ ਅਸੀਂ ਜਾਗਦੀਆਂ ਜ਼ਮੀਰ ਵਾਲੇ ਹਾਂ, ਉਹ ਤਾਂ ਇੱਕ ਠੀਕ ਹੈ ਅਨਾਊਂਸਮੈਂਟ ਹੈ ਵੀ ਜੇ ਨਹੀਂ ਜਾਣਾ ਕਹਿੰਦੇ ਭਾਈ ਜੁਰਮਾਨਾ ਭਰੋ। ਮੈਂ ਕਿਹਾ ਸਾਡੇ ਵਾਲੇ ਆਏ, ਗੱਲ ਦਿਲ ਤੇ ਲੱਗੀ ਪਈ ਹੈ, ਮਿੱਟੀ ਦਾ ਮਸਲਾ ਹੈ, ਸਾਡੀਆਂ ਫਸਲਾਂ ਸਾਡੀਆਂ ਨਸਲਾਂ ਦਾ ਮਸਲਾ ਹੈ, ਇੱਥੇ ਹੁਣ ਪਿੱਛੇ ਨਹੀਂ ਹਟਾਂਗੇ ਅਸੀਂ। ਸ਼ੇਰ ਜਿਵੇਂ ਦੋ ਪੈਰ ਪਿੱਛੇ ਮੁੜ ਕੇ ਫੇਰ ਮਾਰਦਾ ਨਾ ਦਹਾੜ, ਉਹ ਮਾਰੂਗਾ ਪੰਜਾਬ ਤੇ ਹਰਿਆਣਾ, ਹੁਣ ਦੇਖਦੇ ਜਾਓ, ਦੁਨੀਆਂ ਦੇਖੂਗੀ ਜਿਹੜੇ ਮਜਾਜ ਆਉਣ ਵਾਲੇ ਦਿਨਾਂ 'ਚ ਇਸ ਮੋਰਚੇ ਦੇ ਹੋਣਗੇ। ਸਭ ਪਰਵਾਹ ਨਹੀਂ ਕਰਨੀ ਕਿਸੇ ਲੰਡੀ ਮੁੱਚੀ ਦੀ, ਜਮਾਂ ਹੀ ਪਰਵਾਹ ਨਹੀਂ ਕਰਨੀ, ਵਿੱਚ ਰਾਸਤਾ ਵਾਲਾ ਜੀ ਨਾਲ ਸਾਰੇ ਨਾਲ ਹੀ ਹੈ। ਮੈਂ ਤਾਂ ਹਰਿਆਣਾ ਵਾਲੇ ਇੱਕ ਕਹਿੰਦਾ ਹੁੰਦਾ, ਕਛਲਾਈ ਬੁੰਨਾ ਮੁੜ ਗਿਓ ਗੈਲ ਹਰਿਆਣਾ, ਜੁੜ ਗਿਓ ਰੇ ਛੋਟਾ ਭਾਈ, ਜੁੜ ਗਿਓ ਰੇ ਮੂਹਾ ਕਮਕਾ, ਉੜ ਗਿਓ ਬਾਤ ਸੁਣ ਛੱਲਿਆ, ਰੇ ਭਾਈ ਰੇ ਮਿਲ ਕੇ ਲੜਾਂਗੇ ਲੜਾਈ, ਟੰਗਣਾ ਚੱਲੂਗਾ ਯਾਰ ਸਭ ਕੁਛ ਚੱਲੂਗਾ। ਮੈਂ ਕੱਲ ਇੱਧਰ ਬਾਪੂ ਹੋਰਾਂ ਨੂੰ ਸੁਨੇਹਾ ਭੇਜਿਆ ਕਿ ਮੈਂ ਕਿਹਾ ਹੁਣ ਫਿਰ ਜੀ ਕਰਦਾ ਕਿ ਖਾੜੇ ਜੇ ਲਾਈਏ, ਤਾਂ 3-4-5 ਤਰੀਕ ਨੂੰ ਲਾਵਾਂਗੇ, ਜੇ ਇਹਨਾਂ ਨੇ ਲਾਉਣ ਦਿੱਤਾ ਇੱਥੇ ਵੀ ਲਾਵਾਂਗੇ, ਸੋ ਸਭ ਪਾਸੇ ਲਾਵਾਂਗੇ, ਗਾਜ਼ੀਪੁਰ ਵੀ ਲਾਵਾਂਗੇ, ਉਧਰਲੇ ਪਾਸੇ ਟਿੱਕਰੀ ਵਾਲੇ ਪਾਸੇ ਵੀ ਲਾਵਾਂਗੇ। ਸੋ ਪਰਵਾਹ ਨਾ ਕਰੋ ਯਾਰ, ਪਰਵਾਹ ਨਾ ਕਰੋ, ਗਾਉਣ ਗੂਣ ਵਾਲਾ ਤਾਂ ਕੰਮ ਬਹੁਤ ਬਾਅਦ 'ਚ ਆਉਣਗੇ, ਪਹਿਲਾਂ ਮਿੱਟੀ ਦੇ ਮਸਲੇ ਹੈ, ਇਹ ਰਲ ਕੇ ਸਮਝਾਵਾਂਗੇ। ਸੋ ਜਿਹੜੀਆਂ ਵੀ ਗੱਲਾਂ ਇੱਥੇ ਚੱਲ ਰਹੀਆਂ ਨੇ ਉਹਨੂੰ ਰਲ ਮਿਲ ਕੇ ਸਬਰ ਨਾਲ ਅਤੇ ਉੱਚੀ ਸੋਚ ਨਾਲ ਅਤੇ ਨੇਕ ਨੀਤੀ ਨਾਲ ਸਮਝਾਉਣਾ, ਆਪਾਂ ਨੇਕ ਨੀਤੀ ਨਾਲ, ਜਥੇਬੰਦੀਆਂ ਤੋਂ ਬਾਹਰ ਨਹੀਂ ਹੋਣਾ, ਇਹਨਾਂ ਤੋਂ ਬਾਹਰ ਨਹੀਂ ਹੋਣਾ। ਬਾਬਿਓ ਰੋਜ਼ ਰੋਜ਼ ਖਸਮ ਨਹੀਂ ਬਣਾਏ ਜਾਂਦੇ, ਮੇਰੀ ਗੱਲ ਕੰਨ ਖੋਲ ਕੇ ਸੁਣ ਲਿਓ, ਨਿਤ ਨਿਤ ਖਸਮ ਨਹੀਂ ਬਣਾਏ ਜਾਂਦੇ, ਜਿਹੜੇ ਬਣੇ ਵੇ ਉਹਨਾਂ ਨੂੰ ਬਣੇ ਰਹਿਣ ਦਿਓ, ਯਕੀਨ ਰੱਖੋ ਉਹਨਾਂ ਤੇ, ਵਿਸ਼ਵਾਸ ਰੱਖੋ, ਸਹਿਮ ਤੋਂ ਮੇਰੀ ਗੱਲ ਨਾ। ਨੱਚਦੇ ਲੁੱਡੀਆਂ ਪਾਉਂਦੇ ਜਾਵਾਂਗੇ, ਯਕੀਨ ਰੱਖੋ ਬਾਬੇ ਤੇ। ਉਹ ਵੀ ਜਿਵੇਂ ਆਉਂਦੇ ਹੋਏ ਲਾਏ ਸੀ ਨਾ ਪੇਚਾ ਪੈ ਗਿਆ ਸੈਂਟਰ ਨਾਲ, ਜਾਂਦੇ ਹੋਏ ਵੀ ਇੱਦਾਂ ਹੀ ਆ ਵੀ ਜਿੱਤੂਗਾ ਪੰਜਾਬ, ਜਿੱਤ ਗਿਆ ਹਰਿਆਣਾ, ਜਿੱਤ ਗਿਆ ਪੰਜਾਬ, ਜਿੱਤ ਗਿਆ ਰਾਜਸਥਾਨ, ਜਿੱਤ ਗਿਆ ਮੇਰਾ ਮੁਲਕ, ਜਿੱਤ ਗਿਆ ਕਿਸਾਨ। ਅਸੀਂ ਕੰਡਿਆਂ ਤੇ ਸੌਂਦੇ ਕੰਡਾ ਧਾਰ ਕੀ ਕਰੂ, ਇਹਨਾਂ ਛਾਤੀਆਂ ਨੂੰ ਪਾਣੀ ਦੀ ਬਸ਼ਾਰ ਕੀ ਕਰੂ, ਯੋਧੇ ਮਿਥਕੇ ਆਏ ਨੇ ਜਿੱਤਣਾ ਜਾਂ ਮਰਨਾ, ਹੋਈ ਪਈ ਐ ਲਚਾਰ ਸਰਕਾਰ ਕੀ ਕਰੂ। ਇੱਕ ਗੱਲ ਚੇਤੇ ਰੱਖਿਓ, ਜਦੋਂ ਤੁਸੀਂ ਪੂਰੇ ਪਾਡੇ ਹੋ ਕੇ ਕਹਿੰਦੇ ਹੁੰਦੇ ਨਾ ਵੀ ਅਸੀਂ ਚੂੜੀਆਂ ਨਹੀਂ ਪਾ ਕੇ ਤੇ ਚੂੜੀਆਂ ਉਹ ਵੀ ਨਹੀਂ ਪਾ ਕੇ, ਧਿਰ ਬਰਾਬਰ ਦੀ ਹੈ, ਸਿੰਘ ਫਸ ਗਏ ਕੁੰਡੀਆਂ ਦੇ, ਹੁਣ ਨਿਤਰੂ ਬਣੇ ਵੇ ਖਾਣੀ, ਪਰ ਇੰਨਾ ਬਾਬੇ ਤੇ ਖਸਮ ਤੇ ਯਕੀਨ ਹੈ ਨਿਤਰੂ ਕੀ ਆਹੀ, ਇਹਨਾਂ ਕੋਲ ਨੇਕੀ ਹੈ, ਇਹਨਾਂ ਕੋਲ ਸੱਚ ਹੈ। ਹੋਈ ਪਈ ਆ ਲਚਾਰ ਸਰਕਾਰ ਕੀ ਕਰੂ, ਰੰਗ ਕੇਸਰੀ ਸਿਰਾਂ ਤੇ ਨੀਲੇ ਬਾਣੇ ਪਹਿਣ ਕੇ, ਨੀਲੇ ਬਾਣੇ ਪਹਿਣ ਕੇ, ਰੰਗ ਕੇਸਰੀ ਸਿਰਾਂ ਤੇ ਨੀਲੇ ਬਾਣੇ ਪਹਿਣ ਕੇ, ਘਰੋਂ ਨਿਕਲੇ ਨੇ ਗੁਰ ਪ੍ਰਸਾਦ ਬੋਲ ਕੇ, ਅਸੀਂ ਪੜਾਂਗੇ ਕਿਸਾਨ ਮਜ਼ਦੂਰ ਏਕਤਾ। ਪੀਐਮ ਸਾਹਿਬ ਤੁਹਾਡਾ ਛੁੱਟਣਾ ਹੈ ਖੈੜਾ, ਜ਼ਿੰਦਾਬਾਦ ਬੋਲ ਕੇ।
ਅਸੀਂ ਪੜਾਂਗੇ ਕਿਸ ਇਹਨਾਂ ਦਾ ਖੜਾ ਇਦਾਂ ਹੀ ਛੁੱਟਣਾ ਹੈ। ਸੋ ਡੋਲਿਓ ਨਾ, ਕਾਇਮ ਰਹੋ, ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕਿ ਸਾਡੇ ਆਗੂ ਤੰਦਰੁਸਤ ਰਹਿਣ, ਰੱਬ ਇਹਨਾਂ ਦੀ ਸਿਹਤ ਚੜ੍ਹਦੀ ਕਲਾ 'ਚ ਰੱਖੇ। ਸਾਡੇ ਪਿਓ ਦਾਦੇ ਜਿੰਨੇ ਇੱਥੇ ਮੋਰਚੇ 'ਚ ਆਏ ਹੋਏ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਸਾਰੇ ਮੀਡੀਆ ਵਾਲੇ, ਹੁਣ ਆਹ ਤਾਂ ਉਹੀ ਨੇ ਜਿਹੜੇ ਸਾਡੇ ਵਾਲੇ ਨੇ, ਇਸ ਕਰਕੇ ਤੁਹਾਡੇ 'ਤੇ ਵੀ ਮਾਣ ਕਰਦੇ ਹਾਂ। ਐਨ ਦੇਸੀ ਘਿਓਰ ਗੀਆਂ ਖਬਰਾਂ ਦਿਓ ਸਾਰੇ ਮੁਲਕ ਨੂੰ, ਨੌਜਵਾਨੀ ਸਾਰੀ, ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਬਸ ਇਹ ਨਹੀਂ ਹੈ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਜੈ ਜਵਾਨ ਜੈ ਜਵਾਨ ਜੈ ਜਵਾਨ ਜੈ ਜਵਾਨ, ਵਾਹਿਗੁਰੂ ਜੀ ਕਾ ਖਾਲਸਾ। ਜਾਂਦੇ ਰਹੋ, ਜਾਂਦੇ ਰਹੋ।